ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਅਤੇ ਪਰਿਵਰਤਨ ਲਿਆਉਂਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨਾਲ ਸ੍ਰੀ ਮੁਕਤਸਰ ਸਾਹਿਬ ਸਿਟੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅੱਜ ਮੁਕੰਮਲ ਏਅਰ ਕੰਡੀਸ਼ਨ ਕੀਤੇ ਜਾਣ ਉਪਰੰਤ ਇਸ ਦਾ ਉਦਘਾਟਨ ਕਰਨ ਪਹੁੰਚੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਸਪਾਲ ਮੋਗਾ ਨੇ ਦੱਸਿਆ ਹੈ ਕਿ ਪੰਜਾਬ ਦਾ ਇਹ ਪਹਿਲਾ ਮੁਕੰਮਲ ਏਸੀ ਸਕੂਲ ਹੈ ਜਿੱਥੇ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਵਿਦਿਆਰਥੀ ਏਅਰ ਕੰਡੀਸ਼ਨ ਕਮਰਿਆਂ ਵਿੱਚ ਪੜ੍ਹ ਰਹੇ ਹਨ। ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਸਰਕਾਰੀ ਪ੍ਰਾਇਮਰੀ ਸਕੂਲ ਮੁਕਤਸਰ ਦੇ ਵਿੱਚ ਜਿਹੜਾ ਫੁੱਲ ਸਕੂਲ ਜਿਹੜਾ ਏਸੀ ਕੀਤਾ ਗਿਆ, ਜਿਵੇਂ ਕਿ ਪੰਜਾਬ ਸਰਕਾਰ ਦੀ ਪੋਲਿਸੀ ਹੈ ਐਜੂਕੇਸ਼ਨ ਦੇ ਉੱਪਰ ਕਿ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੈ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉੱਦਮਾਂ ਸਦਕਾ ਔਰ ਖਾਸ ਤੌਰ 'ਤੇ ਸਾਡੇ ਜ਼ਿਲ੍ਹੇ ਦੇ DO ਜਸਪਾਲ ਮੋਂਗਾ ਜੀ, ਸਾਡੇ ਇੱਥੋਂ ਦੇ BPO ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ 'ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ, ਜਿਨ੍ਹਾਂ ਦੇ ਉੱਦਮ ਸਦਕਾ ਇਹ ਸਕੂਲ ਨੂੰ ਫੁੱਲ AC ਕੀਤਾ ਗਿਆ, ਸਾਰੇ ਕਮਰਿਆਂ ਦੇ ਵਿੱਚ AC ਲਾਏ ਗਏ ਆ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ। ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤਾਂ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕਪੈਸਿਟੀ ਹੈ ਉਹ ਘੱਟ ਗਈ, ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਇਨਕਾਰ ਕੀਤਾ। ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ, ਮਾਨ ਸਰਕਾਰ ਦੇ ਉੱਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ, ਉਹਦਾ ਇਹ ਰਿਜ਼ਲਟ ਹੈ। ਜੇ ਪ੍ਰਾਈਵੇਟ ਸਕੂਲਾਂ ਦੇ ਬੱਚੇ AC ਕਮਰਿਆਂ 'ਚ ਪੜ੍ਹਦੇ ਹੈ ਤਾਂ ਅੱਜ ਸਾਨੂੰ ਇਹ ਬਹੁਤ ਵਧੀਆ ਮੌਕਾ ਪ੍ਰਾਪਤ ਹੋਇਆ ਵੀ ਸਾਡੇ ਜਿਹੜੇ ਗਰੀਬ ਬੱਚੇ ਹੈ ਇਹ ਵੀ AC ਵਿੱਚ ਪੜ੍ਹ ਕੇ ਵਧੀਆ ਵਧੀਆ ਜਿਹੜੇ ਅੱਗੇ ਨਾਗਰਿਕ ਬਣਨਗੇ ਅਤੇ ਚੰਗੀਆਂ ਪੋਸਟਾਂ 'ਤੇ ਲੱਗਣਗੇ ਜੀ। ਸਰ, ਇਸ ਤੋਂ ਪਹਿਲਾਂ ਜ਼ਿਲ੍ਹੇ 'ਚ ਹੋਰ ਕਿੰਨੇ ਸਕੂਲ AC ਹੈ ਜੀ? ਪ੍ਰਾਇਮਰੀ ਸਕੂਲ, ਪ੍ਰਾਇਮਰੀ ਸਕੂਲ ਸਰ ਜਿਹੜੇ ਫੁੱਲੀ AC ਨਹੀਂ, ਕੁਝ ਪਾਰਸ਼ਲ AC ਹੈਗੇ ਹੈ, ਜਿਵੇਂ ਸਾਡਾ ਕੌਣੀ ਸਕੂਲ ਹੈ ਉੱਥੇ ਅਸੀਂ 2 ਕਮਰੇ AC ਕੀਤੇ ਹੋਏ ਹੈ। ਤਾਂ ਹੁਣ ਇਹ ਸ਼ੁਰੂਆਤ ਹੋ ਗਈ ਕਿਉਂਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਇਹ ਅਸੀਂ ਸੋਚਿਆ ਵੀ ਜਿੰਨੇ ਵੀ ਸਕੂਲ ਵੱਧ ਤੋਂ ਵੱਧ AC ਹੋ ਸਕਦੇ ਹੈ ਅਤੇ ਉਮੀਦ ਹੈ ਵੀ ਆਉਣ ਵਾਲੇ 2-2.5 ਸਾਲਾਂ ਦੇ ਵਿੱਚ ਕਾਫੀ ਸਕੂਲ ਅਸੀਂ AC ਕਰ ਦੇਣਗੇ। ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ। ਮ੍ਰਿਤਕ ਜ਼ਿਲ੍ਹਾ ਤਰਨਤਾਰਨ ਦੇ ਪੱਟੇ ਵਿੱਚ ਵਿਧਾਨ ਸਭਾ ਹਲਕੇ ਦੇ ਪਿੰਡ ਮਨਿਆਲਾ ਜੈ ਸਿੰਘ ਰਹਿਣ ਵਾਲਾ ਦੱਸੀ। ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਤੇਜਵੀਰ ਸਿੰਘ, ਜਿਸ ਦੀ ਪਤਨੀ ਜਗਰੂਪ ਕੌਰ ਜੋ 4 ਸਾਲ ਪਹਿਲਾਂ ਕੈਨੇਡਾ ਗਈ ਤੇ ਉਸ ਵੱਲੋਂ ਆਪਣੇ ਪਤੀ ਕਰੀਬ 2 ਸਾਲ ਪਹਿਲਾਂ ਉਸ ਨੂੰ ਕੈਨੇਡਾ ਬੁਲਾਇਆ ਗਿਆ ਅਤੇ ਤੇਜਵੀਰ ਸਿੰਘ ਕੈਨੇਡਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਕੈਨੇਡਾ ਤੋਂ ਅਮਰੀਕਾ ਲਈ ਟਰਾਲਾ ਲੈ ਕੇ ਅਮਰੀਕਾ ਗਿਆ, ਜਿੱਥੇ ਅਮਰੀਕਾ ਵਿੱਚ ਉਸ ਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ। ਪਰਿਵਾਰ ਨੇ ਉਸਦੀ ਮ੍ਰਿਤਕ ਦੇ ਵਾਪਸ ਰਾਤ ਪੰਜਾਬ ਲਿਆਉਣ ਦੀ ਮੰਗ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਵੀ ਮ੍ਰਿਤਕ ਦੇ ਪੰਜਾਬ ਲਿਆਉਣ ਵਿੱਚ ਸਹਿਯੋਗ ਦੇਣ ਦੀ ਮੰਗ ਕੀਤੀ ਹੈ। ਤੇਜਵੀਰ, ਮੈਂ ਕੀ ਬਣ ਗਿਆ ਤੇਰੇ ਨਾਲ, 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ, ਕਿਤੇ ਨਾ ਹੂੰ ਤੇ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ। ਹਸਪਤਾਲ 'ਚ ਦਾਖਲ ਕਰ ਦਿੱਤਾ, ਕੋਈ ਗੱਲ ਨਹੀਂ ਸਾਡੇ ਨਾਲ ਹੋਈ। ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ, ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ। ਓਏ ਹੋਏ 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 ਹਾਏ, ਕੀ ਕਰਾਂ ਦੇ, ਕਿੱਥੋਂ ਲੱਭਾਂ ਦੇ ਤੇਜਵੀਰ ਤੈਨੂੰ।
ਹਾਏ ਸਾਡਾ ਦੀਵਾ ਗੁੱਲ ਹੋ ਗਿਆ, ਮੇਰਾ ਪੁੱਤ ਕੀ ਕਰੂਗਾ। ਇੱਕੋ ਬੱਚਾ ਸੀ ਸਾਡਾ, ਇੱਕ ਬੱਚਾ ਸਾਡਾ, ਨਾ ਉਹਦਾ ਕੋਈ ਬੱਚਾ। ਕੁੜੀ ਮੰਜੇ 'ਤੇ ਪਈ ਆ, ਸੱਟਾਂ ਬੜੀਆਂ ਲੱਗੀਆਂ ਉਹਨੂੰ ਕੋਠੀ 'ਤੇ ਡੇਕੇ, ਉਹਨੂੰ ਚੁੱਕ ਕੇ ਅੰਦਰ ਅਤੇ ਚੁੱਕ ਕੇ ਬਾਹਰ, ਅਤੇ ਆਪ ਰੋਟੀ ਖੋਣੇ ਆ, ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ। ਬੱਚਾ 2 ਸਾਲ ਹੋ ਗਏ ਆ, 2 ਸਾਲ ਹੋ ਗਏ ਆ ਗਏ ਨੂੰ, ਹੈ ਟੱਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ, ਅਜੇ ਨਹੀਂ ਬੱਚਾ ਕੋਈ, ਅਜੇ ਹੈ 4 ਸਾਲ ਹੋ ਗਏ ਵਿਆਹ ਨੂੰ, 4 ਸਾਲ ਹੋ ਗਏ ਵਿਆਹ ਨੂੰ, ਨਹੀਂ ਅਜੇ ਬੱਚਾ ਨਹੀਂ ਕੋਈ। ਓਹੋ ਮਾਰੇ ਗਏ, ਮਾਰੇ ਗਏ, ਸਾਡਾ ਬਹੁਤ ਮਾੜਾ ਹੋ ਗਿਆ। ਅਸੀਂ ਤੁਹਾਡੇ ਕੀ ਲੱਗਦਾ ਸੀ, ਇਹ ਜੀ ਲੜਕਾ ਸੀ ਆਪਣਾ, ਗੱਲ ਜੀ ਕਾਹਦੀ ਬਣਨੀ ਸੀ, ਮੇਰਾ ਇਹ ਜੀ 3 ਸਾਲ ਹੋ ਗਏ ਗਏ ਨੂੰ। ਹੁਣ ਕੋਈ ਹਾਦਸਾ ਵਾਪਰ ਗਿਆ? ਹਾਂਜੀ ਹਾਦਸਾ ਹੋਇਆ ਉੱਧਰ ਕੋਈ? ਹਾਦਸਾ ਹੋ ਗਿਆ ਜੀ, ਲੜਕਾ ਆਪਣਾ ਖਤਮ ਹੋ ਗਿਆ, ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੋਣ ਆਉਂਦੀ ਕੋਈ। ਮੇਰਾ ਨਾਮ ਅਰਸ਼ਵੀਰ ਹੈ, ਅਰਸ਼ਵੀਰ ਅਰਸ਼ਵੀਰ। ਕੀ ਕਹਿਣਾ ਚਾਹੁੰਦੇ, ਕੀ ਗੱਲ ਹੋਈ ਹੈ ਤੁਹਾਡੇ? ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟਰਾਲੇ ਤੇ, ਗੱਡੀ ਤੋਂ ਨੀਚੇ ਉਤਰਿਆ, ਗੱਡੀ ਕਾਰ ਦੇ ਵਿੱਚ ਵੱਜਿਆ, ਉਹਦੇ ਐਕਸੀਡੈਂਟ ਹੋ ਗਿਆ। ਤੁਸੀਂ ਪਲੀਸ ਮੇਰੇ ਵੀਰ ਨੂੰ ਇੱਧਰ ਜੋ ਛੱਲੀ ਪੁਣੀ ਵਿੱਚ, ਅਸੀਂ ਆਪਦਾ ਭਰਾ ਆਪਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀਗੇ, ਤੁਸੀਂ ਪਲੀਸ ਮੇਰੇ ਵੀਰ ਦੀ ਬਾਡੀ ਪਲੀਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ। ਮੈਂ ਕੋਠੇ ਤੋਂ ਡਿੱਗ ਗਈ ਸੀਗੀ, ਸੱਟ ਲੱਗ ਗਈ ਮਣਕੇ ਤੇ, ਬਸ ਪੂਰੀ ਬਾਡੀ ਦਾ ਸਰਕਲ ਖਲੋ ਗਿਆ। ਪਰਮਜੀਤ ਪਤਾ ਹੀ ਨਹੀਂ ਲੱਗਾ, ਗੱਡੀ ਜੋ ਉਤਰ ਲੱਗੇ, ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ। ਮੈਂ ਕਿਹੜੀ ਦੇਸ਼ ਗਏ ਸੀ? ਇਹ ਤੇ ਅਮਰੀਕਾ ਤੇ ਗਿਆ ਸੀ ਭਾਜੀ, ਟਰਾਲਾ ਲੈ ਗਏ ਅਮਰੀਕਾ ਨੂੰ ਹੀ ਗਿਆ ਸੀ, ਉੱਥੇ ਗਿਆ ਸੀ, ਮਗਰੋਂ ਕਾਰ ਹੀ ਮਾਰ ਗਈ ਸਾਈਡ। ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ, ਤੇ ਕੰਪਨੀ ਵਾਲਿਆਂ ਨੇ ਵਹੁਟੀ ਨੂੰ ਲਾਇਆ, ਵਹੁਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ, ਸਾਡੇ ਨਾਲ ਜ਼ੁਲਮ ਹੋ ਗਿਆ ਜੇ, ਸ਼ੁੱਕਰਵਾਰ ਦੀ ਗੱਲ ਆ ਜੇ। ਹਾਂਜੀ ਹਾਏ ਧੀ ਵੀ ਮੰਜੇ 'ਤੇ ਆ, ਕੋਈ ਸਾਡਾ ਹਾਲ ਨਹੀਂ ਰਹਿ ਗਿਆ, ਅਸੀਂ ਲੁੱਟੇ ਮਾਰੇ ਗਏ ਜੇ, ਹਾਏ ਅਸੀਂ ਬਰਬਾਦ ਹੋ ਗਏ ਹਾਂ, ਬੜਾ ਸੋਹਣਾ ਸੁਲੱਖਾ ਜਮਾਣੀ, ਇੱਕ ਸੱਟ ਨਹੀਂ ਸਹੀ ਗਈ ਉੱਤੋਂ, ਹਾਏ 2 ਸਾਲ ਹੀ ਹੋਏ ਗਏ ਨੂੰ ਅਜੇ। ਤੀਜੀ ਵਾਰ ਹੋਈ ਚੋਰੀ ਤੋਂ ਦੁਖੀ ਹੋ ਕੇ ਆਪਣੀ ਫੈਕਟਰੀਆਂ ਦੀਆਂ ਟਾਈਲਾਂ ਤੋੜ ਕੇ ਪੰਜਾਬ ਛੱਡਣ ਦਾ ਐਲਾਨ ਕਰਨ ਵਾਲੇ ਕਾਰੋਬਾਰੀ ਨੇ ਹੁਣ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹੋ ਕੇ ਆਪਣਾ ਕਾਰੋਬਾਰ ਦੁਬਾਰਾ ਚਲਾਉਣ ਦਾ ਮਨ ਬਣਾ ਲਿਆ। ਪੁਲਿਸ ਨੇ ਤੀਜੀ ਵਾਰੀ ਚੋਰੀ ਹੋਣ ਕਾਰਨ ਨਿਰਾਸ਼ ਹੋਏ ਵਪਾਰੀ ਨੂੰ ਭਰੋਸਾ ਦਿੱਤਾ ਤੇ ਕੰਮ ਵਿੱਚ ਤੇਜ਼ੀ ਲਿਆਂਦੀ, ਜਿਸ ਕਾਰਨ ਵਪਾਰੀ ਸੰਤੁਸ਼ਟ ਹੋ ਗਿਆ। DSP ਨੇ ਕਿਹਾ ਕਿ ਵਪਾਰੀ ਮੇਰਾ ਨੰਬਰ ਲੈ ਲਓ, ਭਾਵੇਂ ਤੁਸੀਂ ਅੱਧੀ ਰਾਤ ਨੂੰ ਫੋਨ ਕਰੋ, ਜੇਕਰ ਰਾਤ ਨੂੰ ਫੈਕਟਰੀ ਵਿੱਚ ਕੋਈ ਵੀ ਗਤੀਵਿਧੀ ਹੈ ਤਾਂ ਮੈਨੂੰ ਫੋਨ ਕਰਕੇ ਮੈਂ ਆਪਣੀ ਟੀਮ ਨਾਲ ਤੁਰੰਤ ਆਵਾਂਗਾ ਤੇ ਕਾਰਵਾਈ ਜ਼ਰੂਰ ਕਰਾਂਗਾ। ਹਾਂਜੀ ਸਰ, ਜਿਹੜੇ ਨਾਭਾ ਰੋਡ ਜਿਹੜੀ ਫੈਕਟਰੀ 'ਤੇ ਤੀਜੀ ਵਾਰੀ ਚੋਰੀ ਹੋਈ ਸੀ, ਉਸਦੇ ਸੰਬੰਧ ਵਿੱਚ ਪੁਲਿਸ ਨੇ ਕੀ ਕਾਰਵਾਈ ਕੀਤੀ ਸਰ? ਇਸ ਤਰ੍ਹਾਂ ਕਿ ਜਦੋਂ ਹੀ ਸਾਨੂੰ ਪਤਾ ਲੱਗਿਆ
ਕਿ ਤਲਾਹ ਮਿਲੀ ਕਿ ਵਰਿੰਦਰ ਜੀ ਦੀ ਫੈਕਟਰੀ ਦੇ ਵਿੱਚ ਚੋਰੀ ਹੋਈ ਹੈ। ਅਸੀਂ ਤੁਰੰਤ ਮੈਂ SHO ਸਾਹਿਬ ਅਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਵੀ ਧਿਆਨ 'ਚ ਨਾਲ ਦੀ ਨਾਲ ਲਿਆਂਦਾ, ਅਸੀਂ ਮੌਕੇ 'ਤੇ ਆਏ। ਉਸ ਤੋਂ ਬਾਅਦ CI ਦੀ ਟੀਮ ਵੀ ਦੀ ਡਿਊਟੀ ਲਾਈ ਗਈ, ਜਿੱਥੋਂ ਇੰਸਪੈਕਟਰ CI ਹੈ, DSP D ਸਾਹਿਬ, ਅਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਕੋ ਦਮ ਮੌਕੇ 'ਤੇ ਆ ਕੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ FIR ਦਰਜ ਕੀਤੀ ਗਈ। ਅਸੀਂ ਇੱਥੋਂ ਡੰਪ ਚੱਕੇ ਆ, ਅਤੇ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਨਾਲ ਖੰਗਾਲ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਸਲਾਖਾਂ ਪਿੱਛੇ ਕਰਾਂਗੇ। ਅਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਵੀ ਇਸ ਰੋਡ ਦੇ ਸਾਰੇ ਭਵਾਨੀਗੜ੍ਹ ਏਰੀਏ 'ਚ ਵਪਾਰੀ ਵਰਗ ਆ ਜਿਨ੍ਹਾਂ ਨੇ ਮਕਾਨ 'ਚ ਵੀ ਫੈਕਟਰੀਆਂ ਲੱਗੀਆਂ ਨੇ, ਅਸੀਂ ਹੋਰ ਵੀ ਜਿਹੜੀ ਹੈ ਜਿਹੜੀ ਆਪਣੀ ਪੈਟਰੋਲਿੰਗ ਪਾਰਟੀ ਹੈ, ਨਾਈਟ ਪੈਟਰੋਲਿੰਗ ਪਾਰਟੀ ਆ, ਉਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਹੈ ਕਿ ਜਿਸ ਫੈਕਟਰੀ ਵਿੱਚ ਚੌਂਕੀਦਾਰ ਆ ਉਹਨੂੰ ਚੌਂਕੀਦਾਰ ਨੂੰ ਰਾਤ ਨੂੰ ਮਿਲਿਆ ਜਾਵੇ, ਜਾਂ ਇਹਨਾਂ ਨੂੰ ਵੀ ਨੰਬਰ ਐਕਸਚੇਂਜ ਕੀਤੇ ਆ ਕਿ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾਮੂਲੀ ਲੱਗਦਾ ਕਿ ਇੱਥੇ ਅਣਜਾਣ ਵਿਅਕਤੀ ਘੁੰਮ ਰਹੇ ਜਾਂ ਸ਼ੱਕੀ ਲੱਗਦਾ ਹੈ, ਤਾਂ ਅਸੀਂ ਦੁਬਾਰਾ ਨੰਬਰ ਆਪਣਾ ਰਿਪੀਟ ਕਰ ਦਿੰਦਾ ਮੈਂ, 80545-00217। ਮੇਰੇ ਨਾਲ ਤੁਰੰਤ ਕਿਸੇ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਹੈ, ਮੈਂ ਵਿਦਇਨ 5 ਮਿੰਟਸ 'ਚ ਖੁਦ ਵੀ ਆਵਾਂਗਾ। ਇਸ ਤੋਂ ਇਲਾਵਾ ਅਸੀਂ ਸਪੈਸ਼ਲ ਇਸ ਰੋਡ 'ਤੇ ਨਾਭਾ ਰੋਡ 'ਤੇ ਭਵਾਨੀਗੜ੍ਹ ਟੂ ਨਾਭਾ ਰੋਡ 'ਤੇ ਸਪੈਸ਼ਲ ਇੱਕ ਗੱਡੀ ਲਾ ਦਿੱਤੀ ਗਈ ਹੈ, ਉਹ ਹਰ ਘੰਟੇ ਘੰਟੇ ਪਿੱਛੋਂ ਫੈਕਟਰੀ ਦੇ ਇਕੱਲੀ ਇਕੱਲੀ 'ਤੇ ਚੈੱਕ ਕਰਕੇ ਮਾਲਕ ਉੱਥੇ ਹੋਊਗਾ ਜਾਂ ਚੌਂਕੀਦਾਰ ਹੋਊਗਾ, ਉਹਨੂੰ ਮਿਲ ਕੇ ਉਹਦਾ ਹਾਲ ਚਾਲ ਪੁੱਛ ਕੇ। ਮੇਰਾ ਨਾਮ ਵਰਿੰਦਰ ਗੋਇਲ ਆ, ਅਤੇ ਮੈਂ ਪੂਰੇ ਚੈਨਲ ਦਾ, ਸਾਰੇ ਚੈਨਲਾਂ ਦਾ ਪੂਰਾ ਧੰਨਵਾਦ ਕਰਦਾ ਵੀ ਉਹਨਾਂ ਨੇ, ਉਹਨਾਂ ਦੇ ਭਰੋਸੇ ਹੀ ਸਾਰੀ ਕਾਰਵਾਈ ਹੋ ਰਹੀ ਆ। ਪੁਲਿਸ ਜਦੋਂ ਸਾਡੀ ਚੋਰੀ ਹੋਈ ਸੀ ਅਸੀਂ ਤਲਾਹ ਦਿੱਤੀ ਪੁਲਿਸ ਦੀ, ਉਦੋਂ ਦੀ ਹੀ ਪੂਰੀ ਕਾਰਜਗਾਰੀ ਚੱਲ ਰਹੀ ਆ, ਅਤੇ ਸਾਨੂੰ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਵੀ ਚੋਰ ਅਸੀਂ ਕਿਸੇ ਵੀ ਹਾਲਤ 'ਚ ਫੜ ਕੇ ਰਹਾਂਗੇ। ਹਾਂ, ਪੂਰਾ ਭਰੋਸਾ ਦਵਾਇਆ, ਅਤੇ ਰਾਤ ਨੂੰ ਗਸ਼ਤ ਕਰਨ ਗੱਡੀ ਆਉਂਦੀ ਆ, ਸਾਰੀ ਇੰਡਸਟਰੀਆਂ ਨੂੰ ਵੀ, ਹੋਰ ਇੰਡਸਟਰੀਆਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਹੌਸਲਾ ਹੋ ਗਿਆ ਵੀ ਹਾਂ ਇੱਥੇ ਮੁੜ ਕੇ ਚੋਰੀ ਹੋ ਨਹੀਂ ਸਕਦੀ। ਕੋਈ ਨੰਬਰ ਵਗੈਰਾ ਵੀ ਸ਼ੇਅਰ ਕਰਿਆ? ਹਾਂ, ਨੰਬਰ ਵੀ ਦਿੱਤਾ, DSP ਸਾਹਿਬ ਨੇ ਨੰਬਰ ਦਿੱਤਾ, ਅਤੇ SHO ਸਾਹਿਬ ਦਾ ਨੰਬਰ ਮੇਰੇ ਕੋਲ ਹੈਗਾ ਵੀ ਜੇ ਕੋਈ ਗੱਲਬਾਤ ਰਾਤ ਨੂੰ ਕੋਈ ਤੁਹਾਨੂੰ ਦਿਖਦਾ ਕੋਈ ਬੰਦਾ ਗਲਤ ਤਾਂ ਸਾਨੂੰ ਤਲਾਹ ਕਰੋ, ਅਸੀਂ ਨਾਲ ਦੀ ਨਾਲ ਹਾਜ਼ਰ ਹੋਵਾਂਗੇ 5 ਮਿੰਟ 'ਚ। ਹੁਣ ਕਿਤੇ ਨਾ ਕਿਤੇ ਸੇਫ ਮਹਿਸੂਸ ਕਰ ਰਹੇ? ਹਾਂ, ਸੇਫ ਜ਼ਰੂਰ ਮਹਿਸੂਸ ਕਰ ਰਹੇ ਹਾਂ। ਪੰਜਾਬ ਛੱਡਣ ਦੀ ਗੱਲ ਕੀਤੀ ਸੀ, ਹੁਣ ਲੱਗਦਾ ਵੀ ਵਪਾਰ ਸੰਭਵ ਹੈਗਾ ਦੁਬਾਰਾ ਤੋਂ? ਦੇਖੋ ਜੀ, ਭਰੋਸਾ ਪੂਰਾ ਦਿੱਤਾ ਉਹਨਾਂ ਨੇ, ਸਾਨੂੰ ਹੈਗਾ ਵੀ ਹਾਂ ਵੀ ਹੁਣ ਹੈਗਾ ਹੌਸਲਾ ਸਾਨੂੰ ਵੀ ਅਸੀਂ ਕੰਮ ਕਰ ਸਕਦੇ ਹਾਂ ਉਰੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜੈਜੋ ਵਿਖੇ ਅੱਜ 12 ਵਜੇ ਦੇ ਕਰੀਬ ਹੋਏ ਮੰਦਭਾਗੇ ਹਾਦਸੇ ਤੋਂ ਬਾਅਦ ਜਿੱਥੇ 11 ਲੋਕਾਂ ਨੇ ਆਪਣੀ ਜਾਨ ਗਵਾਤੀ ਉੱਥੇ ਹੀ ਇੱਕ ਵਿਅਕਤੀ ਦੀ ਜਾਨ ਬਚਾਈ ਗਈ। ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਤੋਂ ਇੱਕ ਫੈਮਿਲੀ ਨਵਾਂ ਸ਼ਹਿਰ ਵਿਆਹ ਲਈ ਨੋਵਾ ਗੱਡੀ ਕਰਾ ਕੇ ਜਾ ਰਹੀ ਸੀ, ਤਾਂ ਰਾਸਤੇ ਵਿੱਚ ਜੈਜੋ ਦੇ ਕਾਚਵੇ ਵਿੱਚ ਪਾਣੀ ਜ਼ਿਆਦਾ ਆਇਆ ਤੇ ਹੋਣ ਕਾਰਨ ਉਹ ਗੱਡੀ ਪਾਣੀ ਵਿੱਚ ਰੁੜ ਗਈ, ਜਿਸ ਤੋਂ ਬਾਅਦ 11 ਲੋਕਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਨੂੰ ਪਿੰਡ ਦੇ ਲੋਕਾਂ ਨੇ ਬਚਾ ਲਿਆ, ਜਿਸ ਤੋਂ ਬਾਅਦ 10 ਡੈੱਡ ਬੋਡੀਆਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਲਿਆਂਦਾ ਗਿਆ। ਪਰ ਸਿਵਲ ਹਸਪਤਾਲ ਵਿੱਚ 10 ਡੈੱਡ ਬੋਡੀਆਂ ਰੱਖਣ ਲਈ ਕੋਈ ਵੀ ਫਰੀਜ਼ਰ ਨਹੀਂ ਸੀ, ਕੇਵਲ ਤੇ ਕੇਵਲ 2 ਡੈੱਡ ਬੋਡੀਆਂ ਹੀ ਫਰੀਜ਼ਰ ਵਿੱਚ ਰੱਖੀਆਂ ਜਾ ਸਕਦੀਆਂ ਸਨ। ਇਸ ਮੌਕੇ ਤੇ ਪਹੁੰਚੇ ਸਾਬਕਾ MLA ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਮੁਰਦਿਆਂ ਲਈ ਕੋਈ ਵੀ ਫਰੀਜ਼ਰ ਨਹੀਂ ਹੈ। ਜਿਹੜੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜੈਜੋ ਵਿਖੇ ਹੋਈ ਹੈ, ਜਿਹੜੀ ਖੱਡ ਦੇ ਵਿੱਚ ਇੱਕ ਹਿਮਾਚਲ ਦੀ ਜਿਹੜੀ ਅਨੋਵਾ ਸੀ ਜਿਹੜੀ ਰੁੜ ਗਈ ਹੈ, ਅਤੇ ਜਿਹਦੇ ਵਿੱਚ 11 ਮੌਤਾਂ ਜੋ ਸੁਣਨ 'ਚ ਆਇਆ ਹੋਈਆਂ ਨੇ, 9 ਬੋਡੀਜ਼ ਆ ਗਈਆਂ, 2 ਅਜੇ ਲੱਭ ਰਹੇ ਨੇ। ਸੋ
ਬਹੁਤ ਮਾੜੀ ਘਟਨਾ ਹੈ। ਅੱਜ ਹੁਸ਼ਿਆਰਪੁਰ ਦਾ ਹਰ ਵਿਅਕਤੀ ਇਹ ਸੁਣ ਕੇ ਬਹੁਤ ਦੁਖੀ ਹੈ ਕਿ ਜਿੱਥੇ ਹੁਸ਼ਿਆਰਪੁਰ ਦਾ ਨਾਂ ਆਉਂਦਾ ਹੁਸ਼ਿਆਰਪੁਰ ਦੇ ਨਾਗਰਿਕ ਨੂੰ ਦੁੱਖ ਤਾਂ ਹੁੰਦਾ ਹੈ। ਬਾਕੀ ਬੋਡੀ ਆਈਜ਼ ਨੇ ਅਤੇ ਐਡਮਿਨਿਸਟ੍ਰੇਸ਼ਨ ਵੀ ਲੱਗਾ ਹੋਇਆ, ਜੋ ਵੀ ਇਹਨਾਂ ਦੀ ਰਸਤਾ ਆਇਆ ਮੈਂ ਇਹਨਾਂ ਨੂੰ ਪੁੱਛਣ ਦੀ ਕਿਸੇ ਹੈਲਪ ਦੀ ਲੋੜ ਹੈ ਤਾਂ ਦੱਸੋ, ਅਜੇ ਇੰਤਜ਼ਾਮ ਕਰਾਉਂਦੇ ਹਾਂ, ਮੈਨੂੰ ਪਤਾ ਲੱਗਾ ਇੱਥੇ ਜਗ੍ਹਾ ਨਹੀਂ ਹੈ ਅਤੇ ਕਿਤੇ ਹੋਰ ਰਖਵਾਉਂਦੇ ਹਾਂ ਵੀ ਜੋ ਇਹਨਾਂ ਨੂੰ ਪੁੱਛ ਕੇ ਜਿਹੜਾ ਹੈਗਾ ਇਹਨਾਂ ਦਾ ਮਸਲਾ ਹੱਲ ਕਰ। ਨਹੀਂ ਚਲੋ ਇੱਥੇ ਹੋਰ ਹੈਗੀਆਂ ਮੋਰਚਰੀਜ ਹੈਗੀਆਂ, ਉੱਥੇ ਆਪਾਂ ਰਖਾ ਦਿੰਦੇ ਹਾਂ। ਕਿਉਂ ਹੁਣ ਇਹ ਇੱਦਾਂ ਦੀ ਘਟਨਾ ਹੈਗੀ ਹੈ, ਹਰ ਸ਼ਹਿਰ ਵਾਸੀ ਜਿਹੜਾ ਦੁਖੀ ਹੈ ਇਹਦੇ ਨਾਲ, ਅਤੇ ਆਪਾਂ ਇਹਦਾ ਹੱਲ ਕਰਵਾਉਂਦੇ, ਬੋਡੀਜ਼ ਉੱਧਰ ਰਖਵਾ ਦਿੰਦੇ ਹਾਂ। ਸਿੰਗਲੀ ਵਾਲਾ ਹੈ, ਪੁਰ ਹੀਰਾ ਹੈ, ਜਿੱਥੇ ਵੀ ਇੰਤਜ਼ਾਮ ਹੁੰਦਾ ਜੋ ਵੀ ਹੋ ਰਿਹਾ, ਇੱਕ ਹੁਸ਼ਿਆਰਪੁਰ ਵਾਸੀ ਪੂਰਾ ਇਹਨਾਂ ਦੇ ਦੁੱਖ ਦੇ ਨਾਲ ਖੜ੍ਹੇ ਨੇ ਔਰ ਬਹੁਤ ਵੱਡਾ ਦੁੱਖ ਹੈ। ਅਸੀਂ ਮੰਦਭਾਗਾ ਅਨਫੋਰਚੁਨੇਟ ਵਾਕਿਆ ਦੁੱਖਦਾਈ ਦੇ ਰੂਪ, ਕਿਸ ਖੁਸ਼ੀ ਨਾਲ ਵਿਆਹ 'ਤੇ ਜਾ ਰਹੇ ਸੀ ਉਹ ਦੋ ਪਰਿਵਾਰ, ਭਰਾ ਔਰ ਭੈਣਾਂ ਇਕੱਠੀਆਂ, ਪਰਿਵਾਰ ਦੇ ਸਾਰੇ ਹੀ ਮੈਂਬਰ, 12 ਮੈਂਬਰ ਹੈ ਡਰਾਈਵਰ ਸਮੇਤ। ਔਰ ਸਭ ਤੋਂ ਦੁੱਖਦਾਈ ਗੱਲ ਹੈ, ਪੁਲਿਸ ਅਫਸਰ ਸਾਹਿਬਾਨ ਇੱਥੇ ਖੜ੍ਹੇ ਹੈ, ਮੌਕੇ ਦੇ ਜਿਹੜੇ ਪੁਲਿਸ ਦੇ ਆਫਿਸਰ ਖੜ੍ਹੇ ਸੀ ਇਹਨਾਂ ਨੇ ਵੀ ਰੋਕਿਆ, ਔਰ ਇਲਾਕੇ ਦੇ ਜਿਹੜੇ ਲੋਕ ਉੱਥੇ ਖੜ੍ਹੇ ਸੀਗੇ, ਮੈਂ ਹੁਣ ਉੱਥੋਂ ਜਦੋਂ ਜਾ ਕੇ ਆਏ ਹਾਂ, ਉਹ ਕਹਿੰਦੇ ਜੀ ਅਸੀਂ ਬਹੁਤ ਰੋਕਿਆ। ਜਿਹਨਾਂ ਨੇ ਇੱਕ ਬੰਦਾ ਬਚਾਇਆ ਵੀ ਉਹ ਵੀ ਉੱਥੇ ਮੌਜੂਦ ਸੀਗੇ, ਕਹਿੰਦੇ ਸਾਡੇ ਬਹੁਤ ਹੱਥ ਜੋੜੇ। ਜਿੱਦਾਂ ਹੁਣ ਇਹਨਾਂ ਦੱਸਿਆ ਵੀ ਕੈਬਨ ਦੇ ਉੱਤੇ ਖੜ੍ਹੇ ਹੋ ਕੇ ਇਹਨਾਂ ਨੇ ਕਿਹਾ ਵੀ ਰੁਕ ਜਾ ਨਾ ਗੱਡੀ ਪਾਈ, ਔਰ ਹੋਰ ਗੱਡੀਆਂ ਵੀ ਸੀਗੀਆਂ। ਸੋ ਬਹੁਤ ਦੁੱਖਦਾਈ ਘਟਨਾ ਹੈ, ਪਰਿਵਾਰ ਖਤਮ ਹੋ ਗਿਆ, ਮਤ ਖਤਮ ਹੋ ਗਿਆ, ਬਹੁਤ ਦੁੱਖ ਹੈ। ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ, ਸਾਡੇ ਡਿਜ਼ਾਸਟਰ ਮੈਨੇਜਮੈਂਟ ਦੇ ਵੱਲੋਂ ਮੁੱਖ ਮੰਤਰੀ ਦੇ ਆਦੇਸ਼ ਦੇ ਉੱਤੇ 4 ਲੱਖ ਰੁਪਈਆ ਜਿਹੜਾ ਹਰੇਕ ਪਰਿਵਾਰ ਦੇ ਹਰੇਕ ਮੈਂਬਰ ਦੇ ਲਈ ਜਿਹੜਾ ਹੈ ਉਹਨਾਂ ਨੇ ਕਿਹਾ ਹੈਗਾ, ਔਰ ਉਹਨਾਂ ਨੇ ਕਿਹਾ ਵੀ ਇਸ ਰਾਸ਼ੀ ਨੂੰ ਜਿਹੜਾ ਹੈਗਾ ਤੁਰੰਤ ਜਾਰੀ ਕੀਤਾ ਜਾਏਗਾ। ਇਹਦੇ ਵਿੱਚ ਦੇਖੋ ਇਸ ਸਰ ਦੇਖਿਆ ਜਾਏਗੀ ਕਿ ਕਿਹਾ ਜਾ ਰਿਹਾ ਕਿ ਡਰਾਈਵਰ ਦੀ ਗਲਤੀ ਸੀਗੀ, ਪ੍ਰਸ਼ਾਸਨ ਵੱਲੋਂ ਵੀ ਇੱਦਾਂ ਦੀ ਕੋਈ ਸਖਤੀ ਕੀਤੀ ਜਾਵੇਗੀ ਕਿ ਨੈਕਸਟ ਟਾਈਮ ਕੋਈ ਇੱਦਾਂ ਦਾ ਹਾਦਸਾ ਨਹੀਂ ਨਾ ਹੋਵੇ। ਦੇਖੋ ਪ੍ਰਸ਼ਾਸਨ ਵੱਲੋਂ SSP ਸਾਹਿਬ ਉੱਥੇ ਸੀਗੇ, ਹੁਣ ਮੌਜੂਦ ਹੁਸ਼ਿਆਰਪੁਰ ਦੇ, ਔਰ ਡਿਪਟੀ ਕਮਿਸ਼ਨਰ SDM ਹੁਸ਼ਿਆਰਪੁਰ, ਸਾਰੇ ਪ੍ਰਸ਼ਾਸਨਿਕ ਅਧਿਕਾਰੀ SP ਸਾਹਿਬ ਵੀ ਉੱਥੇ ਸੀਗੇ। ਅਸੀਂ ਹੁਣ ਮੌਕੇ 'ਤੇ, ਕਿਉਂਕਿ ਪਤਾ ਨਹੀਂ ਲੱਗਦਾ ਕਿ ਵੀ ਇੱਦਾਂ ਦੀ ਜਿਹੜੀ ਘਟਨਾ ਹੁੰਦੀ ਹੈ, ਅਤੇ ਹੁਣ ਉੱਥੇ ਮੌਕੇ 'ਤੇ ਕਿਹਾ ਵੀ ਬੈਰੀਕੇਡ ਜਿਹੜੇ ਆ ਪੁਲਿਸ ਦੋਨੋਂ ਪਾਸਿਓਂ ਦੋਨੋਂ ਐਂਡਾਂ ਦੇ ਉੱਤੇ ਤੁਰੰਤ ਜਿਹੜਾ ਉੱਥੇ ਪਜਾਏਗੀ ਉਹਨੂੰ, ਬੈਰੀਕੇਡਾਂ ਨੂੰ ਜਦੋਂ ਰੋਕਣ ਲਾਉਂਦੇ ਨਾ ਉੱਥੇ ਰੋਕੇ। ਹਾਂ ਮੈਂ ਦੇਖੋ ਐਕਚੁਲੀ ਕੀ ਆ, ਸਿਵਲ ਸਰਜਨ ਸਾਹਿਬ ਵੀ ਇੱਥੇ ਆਏ ਆ, ਔਰ ਇਹਦੇ ਲਈ ਜਿਹੜਾ ਇੰਤਜ਼ਾਮ ਹੈਗਾ ਸਾਡੇ ਕੋਲ, ਕਿੰਨਾ ਇੰਤਜ਼ਾਮ ਹੈ ਇੱਥੇ ਤੁਹਾਡੇ ਸਰ? ਇੱਥੇ 6 ਰੱਖ ਹੋਣੇ ਆ ਜੀ, ਮੈਂ ਇਨ ਟੱਚ ਸੀ, ਮੈਂ ਤਾਂ ਗਿਆ ਸੀ ਮੇਲੇ ਮੈਡੀਕਲ ਚੈੱਕ ਕਰਨ ਨੂੰ, ਰਸ਼ ਕਰਕੇ ਮੈਂ, ਤੇ ਹੁਣ ਆਪਾਂ ਕੋਈ ਨਹੀਂ ਕਰਦੇ ਇੰਤਜ਼ਾਮ, ਜਿਹੜੀਆਂ ਅਸੀਂ ਕੋਈ ਇਦਾਂ ਦੀ ਗੱਲ ਨਾ, ਸਾਡੇ ਜਿੱਥੇ ਇਸ ਪਰਿਵਾਰਾਂ ਦੇ ਨਾਲ ਫ੍ਰਿਜ ਇੱਕ ਖਰਾਬ ਦੱਸੀ ਜਾ ਰਹੀ ਹੈ, ਉਹ ਅੱਜ ਹੋਈ ਹੈ ਕਿ ਪਹਿਲਾਂ ਦੀ ਖਰਾਬ ਹੈ ਜੀ? ਫ੍ਰਿਜ ਖਰਾਬ ਦੱਸੀ ਜਾ ਰਹੀ ਹੈ, ਹੁਣੀ ਹੋਈ ਉਹ, ਹੁਣੇ ਕੋਈ ਨਹੀਂ ਕਰ ਲੈਂਦੇ ਆਪਾਂ ਆਉਂਦੇ ਸਾਡੇ ਦਾ। ਅਗਰ ਖਰਾਬ ਕਈ ਵਾਰੀ ਕੋਈ ਅਨਫੋਰਚੂਨੇਟਲੀ ਮੌਕੇ ਤੇ ਵੀ ਖਰਾਬ ਹੋ ਜਾਂਦੀ ਚੀਜ਼ ਆਨ ਹੁੰਦੀ ਹੈ, ਇਦਾਂ ਨਹੀਂ ਖਰਾਬ ਹੁੰਦੀਆਂ ਸਾਡੇ, ਹਰ ਵੇਲੇ ਚੱਲਦੀਆਂ, ਲੇਕਿਨ ਇਹਨੂੰ ਅਸੀਂ ਤੁਰੰਤ ਜਿਹੜਾ ਹੈ, ਦੇਖੋ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਹੁਣ ਦੁਨੀਆ 'ਚ ਨਹੀਂ ਹੈ, ਪਰ ਅਸੀਂ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਇਹਨਾਂ ਜਿਹੜੀਆਂ ਹੈਗਾ ਇਹਨਾਂ ਨੂੰ ਹੁਣ ਮੌਕੇ 'ਤੇ ਰੱਖ ਕੇ ਜਦੋਂ ਇਹਨਾਂ ਨੇ ਕਮਿਸ਼ਨ ਨੇ ਜਾਂ ਇਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਲੈ ਕੇ ਜਾਣਾ, ਪੂਰਾ ਪ੍ਰਬੰਧ ਜਿਹੜਾ ਹੈ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਕੋਈ ਇੱਦਾਂ ਦੀ ਉਹ
ਟਾਈਮ ਨਹੀਂ ਆਣ ਦਿੱਤਾ ਜਾਏਗਾ ਵੀ ਜਿੱਥੇ ਪਰਿਵਾਰ ਨੂੰ ਕੋਈ ਹੁਣ ਦੁੱਖ ਮਹਿਸੂਸ ਹੋਵੇ, ਦੁੱਖ ਦਾ ਤਾਂ ਹੁਣ ਪਰਮਾਨੈਂਟ ਹੈ ਇਹਨਾਂ ਲਈ। ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਕੋਟਾ ਲੁਧਿਆਣਾ ਵਿਖੇ ਸਾਲਾਨਾ ਜੋੜ ਮੇਲਾ ਜੋ ਕਿ 12-13 ਤੇ 14 ਅਗਸਤ ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਨੂੰ ਮਨਾਇਆ ਜਾ ਰਿਹਾ ਤੇ ਇਸ ਪਵਿੱਤਰ ਸਥਾਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੇ ਹਨ। ਗੁਰਦੁਆਰਾ ਸਾਹਿਬ ਨੂੰ ਸੁੰਦਰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਤੇ ਪਹੁੰਚ ਰਹੀਆਂ ਸੰਗਤਾਂ ਦੇ ਖਾਣ ਪੀਣ ਦਾ ਤੇ ਠਹਿਰਣ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਸੋਹਣੇ ਤਰੀਕੇ ਨਾਲ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਨਾਮ ਸਿੰਘ ਖਾਲਸਾ, ਕਥਾ ਵਾਚਕ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾ ਪਾਤਸ਼ਾਹੀ ਸ਼੍ਰੀ ਲੁਧਿਆਣਾ। ਇਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਜੋ ਕਿ 12-13 ਔਰ 14 ਅਗਸਤ 1953 ਉਸ ਦਿਨ ਪ੍ਰਗਟ ਹੋਇਆ ਅਤੇ ਉਸੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦਿਆਂ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਇਸ ਅਸਥਾਨ ਦੇ ਉੱਪਰ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ। 1953 ਦੇ ਵਿੱਚ ਇਹ ਜਿਹੜੀ ਜ਼ਮੀਨ ਸੀ ਸਤਿਕਾਰਯੋਗ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਸੀ, ਉਹਨਾਂ ਦਾ ਪੁੱਤਰ ਹਰਭਜਨ ਸਿੰਘ ਔਰ ਉਹਨਾਂ ਦਾ ਸ੍ਰੀ ਗੁਰਦੇਵ ਸਿੰਘ ਇੱਥੇ ਹਲ ਵਾਹ ਰਹੇ ਸੀ। ਹਲ ਵਾਹੁੰਦਿਆਂ ਜਿਹੜਾ ਹਲ ਦਾ ਫਾਲਾ ਸੀ ਵਾਰ ਵਾਰ ਜ਼ਮੀਨ ਦੇ ਵਿੱਚ ਅਟਕਦਾ ਰਿਹਾ, ਕਿਸੇ ਭਾਰੀ ਚੀਜ਼ ਦੇ ਨਾਲ ਵੱਜਦਾ ਰਿਹਾ ਅਤੇ ਜਦੋਂ ਸ਼ਾਮ ਪੈ ਗਈ, ਗੁਰਦੇਵ ਸਿੰਘ ਨੇ ਜਦੋਂ ਘਰ ਲਿਜਾ ਕੇ ਬਲਦ ਬੰਨਣੇ ਕੀਤੇ ਅਤੇ ਬਲਦ ਬਿਮਾਰ ਹੋ ਕੇ, ਮਨ ਵਿੱਚ ਵਹਿਮ ਆ ਗਿਆ ਵੀ ਪਤਾ ਨਹੀਂ ਕੀ ਭਾਣੇ ਵਰਤ ਗਏ। ਅਗਲੇ ਦਿਨ ਵੀ ਜਦੋਂ ਇਸੇ ਤਰ੍ਹਾਂ ਇੱਥੇ ਗੁਰਦੇਵ ਸਿੰਘ ਔਰੀ ਔਰ ਉਹਨਾਂ ਦੇ ਨਾਲ ਦੇ ਸਾਥੀ ਸਰਦਾਰ ਹਰਭਜਨ ਸਿੰਘ ਉਹ ਖੇਤੀਬਾੜੀ ਦੇ ਲਈ ਪਹੁੰਚੇ ਪਾਣੀ ਦੇਣ ਦੇ ਲਈ ਅਤੇ ਆਕਾਸ਼ ਦੇ ਵਿੱਚੋਂ ਆਵਾਜ਼ਾਂ ਆਈਆਂ ਵੀ ਭਾਈ ਇਹ ਸਾਡਾ ਅਸਥਾਨ ਹੈ, ਇਹਨੂੰ ਪ੍ਰਗਟ ਕਰੋ। ਉਹਨਾਂ ਨੇ ਜਾ ਕੇ ਆਪਣੇ ਬਜ਼ੁਰਗਾਂ ਦੇ ਨਾਲ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਵੀ ਬਾਪੂ ਜੀ ਇੱਦਾਂ ਦੀਆਂ ਆਵਾਜ਼ਾਂ ਆਈਆਂ ਨੇ। ਬਾਪੂ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਵੀ ਇੱਥੇ ਜਿਹੜੀ ਸਰਾਏ ਲਸ਼ਕਰੀ ਬਣੀ ਹੋਈ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਇੱਥੇ ਅਸਥਾਨ ਨੇੜੇ ਹੀ ਹੋਣਾ ਚਾਹੀਦਾ, ਉਹਨਾਂ ਇਲਾਕੇ ਦੀਆਂ ਸੰਗਤਾਂ ਲਈਆਂ ਅਤੇ 14 ਅਗਸਤ 1953 ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਨੂੰ ਪ੍ਰਗਟ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਸਾਰੀਆਂ ਸੰਗਤਾਂ ਮਿਲ ਕੇ ਇਸ ਸਥਾਨ ਦੇ ਉੱਪਰ ਭਾਰੀ ਜੋੜ ਮੇਲ ਸਜਾਉਂਦੀਆਂ ਨੇ। ਬਟਾਲਾ ਦੇ ਜੋਗੀਆਂ ਮੁਹੱਲੇ ਵਿੱਚ ਦੋ ਨੌਜਵਾਨ ਆਪਸ ਵਿੱਚ ਭਿੜ ਗਏ ਤੇ ਦੋਨੋਂ ਹੀ ਜ਼ਖਮੀ ਹੋ ਗਏ ਤੇ ਦੋਨਾਂ ਨੂੰ ਇਲਾਜ ਦੇ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਦੋਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਹਨ। ਜਦੋਂ ਜਾਣਕਾਰੀ ਹਾਸਲ ਕੀਤੀ ਗਈ ਤਾਂ ਦੋਨਾਂ ਨੇ ਇੱਕ ਦੂਜੇ ਉੱਪਰ ਨਸ਼ੇ ਦੇ ਦੋਸ਼ ਲਗਾਏ। ਇੱਕ ਨੇ ਕਿਹਾ ਹੈ ਕਿ ਇਸਨੇ ਮੇਰੇ ਤੇ ਹਮਲਾ ਕੀਤਾ ਤੇ ਦੂਜੇ ਵਿਅਕਤੀ ਨੇ ਇਹ ਨਸ਼ਾ ਵੇਚਦਾ ਹੈ ਤੇ ਦੂਸਰੇ ਵੱਲੋਂ ਦੋਸ਼ ਲਗਾਏ ਗਏ ਹਨ ਕਿ ਇਸਨੇ ਨਸ਼ੇ ਦੇ ਲੋਰ ਵਿੱਚ ਰਾਤੀ ਮੈਨੂੰ ਫੋਨ ਤੇ ਗਾਲਾਂ ਕੱਢੀਆਂ, ਜਿਸ ਮਗਰੋਂ ਸਵੇਰੇ ਫਿਰ ਇਹਨੇ ਮੇਰੇ ਹੱਥੋਂ ਪਾਈ ਕੀਤਾ ਤੇ ਦੋਨੇ ਹੀ ਨੌਜਵਾਨ ਇੱਕੋ ਮੁਹੱਲੇ ਦੇ ਰਹਿਣ ਵਾਲੇ ਹਨ ਤੇ ਦੋਨੋਂ ਹੀ ਇੱਕ ਦੂਜੇ ਤੇ ਨਸ਼ੇ ਦੇ ਦੋਸ਼ ਲਗਾ ਰਹੇ ਸਨ। ਇਹ ਸਾਡੇ ਏਰੀਏ 'ਚ ਨਸ਼ਾ ਵੇਚਦੇ ਨੇ ਅਤੇ ਮੇਰੇ ਨਾਲ ਕੱਲ੍ਹ ਰਾਤ ਦੇ ਗਾਲੋ ਗਾਲੀ ਹੋਏ ਨੇ ਇਹਨਾਂ ਨੂੰ। ਮੈਂ ਕਿਹਾ ਤੁਸੀਂ ਨਸ਼ਾ ਵੇਚੋਗੇ ਅਤੇ ਮੈਂ ਤੁਹਾਨੂੰ ਚੁਕਵਾਵਾਂਗਾ ਅਤੇ ਬਸ ਉਹੀ ਗੱਲੋਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਅਤੇ ਮੇਰੇ ਨਾਲ ਇਹ ਸਵੇਰੇ ਅੱਜ ਲੜੇ ਨੇ ਅਤੇ ਲੜਾਈ ਇਸੇ ਗੱਲ ਦੀ ਹੈ। ਥੋੜ੍ਹੇ ਦਿਨ ਪਹਿਲਾਂ ਇਹ ਮੇਰੀ ਦੁਕਾਨ 'ਤੇ ਵੀ ਆਏ ਸੀ, ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ, ਫੋਨ ਚੁੱਕ ਲਿਆ ਅਤੇ ਰਾਤੀ ਇਹਨੂੰ ਮੈਂ ਜਦੋਂ ਪੁੱਛਿਆ ਅਤੇ ਅੱਗੋਂ ਇਹ ਮੇਰੇ ਨਾਲ ਹੀ ਲੜ ਪਏ ਇਸੇ ਗੱਲੋਂ ਹੀ ਅਤੇ ਅੱਜ ਸਵੇਰੇ ਮੇਰੇ ਨਾਲ ਇਹ ਹੱਥੋਂ ਪਾਈ ਹੋ ਗਿਆ, ਮੈਨੂੰ ਰਾਹ 'ਚ ਮਿਲਿਆ ਅਤੇ ਉੱਥੇ ਮੇਰੇ ਨਾਲ ਹੱਥੋਂ ਪਾਈ ਹੋ ਗਿਆ, ਗਾਲੋ ਗਾਲੀ ਹੋ ਗਿਆ। ਮੈਂ ਸ਼ਰਾਬ ਪੀਤੀ ਦੀ ਸੀ, ਸ਼ਰਾਬ ਮੇਰਾ ਟੈਸਟ ਕਰਾ ਲਿੱਤਾ ਜਾਏ, ਜੇ ਸ਼ਰਾਬ ਆ ਜਾਏ ਤਾਂ ਮੈਂ ਕਹਾਂਗਾ ਮੈਂ ਪੀਤੀ ਦੀ ਸੀ। ਮੇਰਾ ਨਾਂ ਸਾਜਨ, ਮੈਂ ਥਾਣੇ ਦੀ ਬਿਲਕੁਲ ਸਾਹਮਣੇ ਗਲੀ 'ਚ। ਅਭੀ ਹੈਗਾ ਮੁੰਡਾ, ਉੱਥੇ ਰਹਿੰਦਾ ਵਾ, DSP ਦੀ ਕੋਠੀ ਲਾਗੇ। ਅਦਾ ਰਾਤੀ ਮੈਨੂੰ ਫੋਨ ਆਇਆ ਅਤੇ ਫੋਨ ਵੀ ਕਿਸੇ ਦਾ ਸੀ, ਉਹਦੇ ਫੋਨ 'ਤੇ ਫੋਨ ਆਇਆ ਵਾ ਅਤੇ ਮੈਨੂੰ ਉਹਨੇ ਗਾਲਾਂ ਕੱਢਣ ਲੱਗ ਪਿਆ ਵਾ।
ਅਤੇ ਮੈਂ ਕਿਹਾ ਵੀ ਭਾਅ ਜੀ ਮੈਂ ਤੁਹਾਡੀ ਇੰਨੀ ਇੱਜ਼ਤ ਕਰਦਾ ਵਾਂ, ਤੁਹਾਨੂੰ ਭਾਅ ਜੀ ਭਾਅ ਜੀ ਕਹਿੰਦਾ ਵਾਂ, ਤੁਸੀਂ ਮੈਨੂੰ ਗਾਲਾਂ ਕਿਉਂ ਕੱਢੀ ਜਾ ਰਹੇ ਹੋ? ਇੰਨੇ ਹੋਰੇ ਸ਼ਰਾਬ ਪੀਤੀ ਦੀ, ਇੱਦਾਂ ਦੇ ਘਰ ਦੇ ਲਾਗੇ ਫੰਕਸ਼ਨ ਵੀ ਹੈਗਾ ਸੀ, ਅਤੇ ਅੱਗੇ ਵੀ ਇੱਕ ਦੋ ਵਾਰੀ ਮੇਰੇ ਨਾਲ ਓਵਰ ਬੋਲਿਆ ਵਾ, ਪਰ ਆਪਾਂ ਹੱਥ 'ਚ ਪਾ ਦਿੰਦੇ ਗੱਲ, ਕਿਉਂਕਿ ਆਪਾਂ ਮਾੜੇ ਬੰਦੇ ਹਾਂ, ਆਪਾਂ ਲੜਨਾ ਚਾਹੁੰਦੇ ਹੀ ਨਹੀਂ ਹੈ ਕਿਸੇ ਨਾਲ, ਨਾ ਹੀ ਆਪਾਂ ਕਹਿੰਦੇ ਕਿ ਸਾਡੀ ਲੜਾਈ ਹੋਏ, ਕਿਉਂਕਿ ਸਾਡੇ ਘਰ ਦੇ ਮਾੜੇ ਆ। ਅਤੇ ਇਹਨੇ ਹੁਣ ਸਵੇਰੇ ਰਾਤੀ ਇਹਨੇ ਮੈਨੂੰ ਗਾਲਾਂ ਕੱਢੀਆਂ, ਮੈਂ ਗੱਲ ਭੁੱਲ ਗਿਆ ਸੀ, ਮੈਨੂੰ ਚੇਤਾ, ਮੈਂ ਕਿਹਾ ਛੱਡ ਪਰਾਂ ਮੁਹੱਲੇ 'ਚ ਰਹਿਣਾ ਵਾ, ਅਤੇ ਫਿਰ ਹੋ ਜਾਏਗੀ ਸੁਲਾ ਸਲਾਈ, ਮਾੜੀਆਂ ਮੋਟੀਆਂ ਗੱਲਾਂ ਮਟੋਲਾਂ ਹੁੰਦੀਆਂ ਰਹਿੰਦੀਆਂ ਵਾ। ਅਤੇ ਆਉਂਦਿਆਂ ਹੀ ਇਹਨੇ ਮੇਰੇ ਕੜਾ ਮਾਰਤਾ, ਆਉਂਦਿਆਂ ਹੀ ਮੇਰੇ ਹੱਥੀ ਪੈ ਗਿਆ ਵਾ, ਕੋਈ ਗੱਲਬਾਤ ਨਹੀਂ ਹੋਈ, ਮੈਂ ਖਲੋਤਾ ਦਾ ਸੀ, ਆਉਂਦਿਆਂ ਹੀ ਮੇਰੇ ਹੱਥੀ ਪੈ ਗਿਆ ਵਾ, ਮੇਰੇ ਕੜਾ ਮਾਰਤਾ, ਆਉਂਦਿਆਂ ਮੇਰੇ ਨਾਲ ਘੁੱਲ ਲੱਗ ਪਿਆ ਵਾ, ਬਸ ਆਹੀ ਗੱਲ ਜੀ। ਇਸ ਮਿਸ਼ਰਾ ਇਹ ਝਗੜਾ ਹੋਇਆ ਵਾ, ਦੋਵਾਂ ਪਾਰਟੀਆਂ ਦੇ ਆਪਸ ਸਿਰ ਸੱਟਾਂ ਲੱਗੀਆਂ ਵਾ, ਅਤੇ ਦੋਵਾਂ ਪਾਰਟੀਆਂ ਹੋਸਪਿਟਲ ਗਈਆਂ ਵਾ। ਜੋ ਵੀ ਐੱਮ ਐੱਲ ਆ ਰਹੇਗੀ, ਜਿਸ ਤਰ੍ਹਾਂ ਦਾ ਉਹਨਾਂ ਦਾ ਮੈਡੀਕਲ ਆਏਗਾ, ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ਼ ਜੋ ਵੀ ਕਿਸੇ ਬਣਦੀ ਕਾਰਵਾਈ ਕਰਾਂਗੇ। ਦੇਖੋ ਅਜੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਪਏ ਹਾਂ, ਬਾਕੀ ਬਾਅਦ ਵਿੱਚ ਦੱਸਾਂਗੇ ਕਿ ਕੀ ਹੈ ਕਿ ਨਹੀਂ। ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਅਧੀਨ ਪੈਂਦੇ ਮਕੌੜਾ ਪੱਤਨ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦਾ ਸੰਪਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਹੈ, ਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕ ਮਾਤਰ ਸਹਾਰਾ ਕਿਸ਼ਤੀ। ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ, ਪਰ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਪਿੰਡਾਂ ਦੇ ਕਿਸੇ ਸਰਕਾਰ ਨੇ ਸਾਰ ਨਹੀਂ ਲਈ, ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋਂ 7 ਪਿੰਡ ਹੀ ਮੌਜੂਦ ਹਨ। ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ਤੇ ਪੱਕਾ ਪੁੱਲ ਨਾ ਹੋਣ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ, ਜਿਸ ਕਰਕੇ ਅੱਜ ਵੀ ਦੇਸ਼ ਦੀ ਆਜ਼ਾਦੀ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਬਹੁਤ ਮੁਸ਼ਕਲਾਂ ਹਨ ਵੀ ਆਉਣ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਨੂੰ ਬਹੁਤ ਮੁਸ਼ਕਲਾਂ ਸੀ, ਕਿਸ ਤਰ੍ਹਾਂ ਆਈ ਸਾਡੀ ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ, ਕੋਈ ਸਾਨੂੰ ਆਉਣ ਜਾਣ ਵਾਸਤੇ ਬਹੁਤ ਮੁਸ਼ਕਲਾਂ, ਨਾ ਹੀ ਸਾਡੇ ਕੋਈ ਜਗ੍ਹਾ ਹੈ ਪਾਰ, ਕੋਈ ਸਾਡੇ ਕੋਈ ਮਤਲਬ ਨਾ ਕੋਈ ਪੈਲੀ ਆ ਨਾ ਕੋਈ ਜ਼ਮੀਨ ਆ, ਬਹੁਤ ਮੁਸ਼ਕਲ ਆ। ਕੰਮ ਕਰ ਵੀ ਹੈਨੀ ਆ, ਵੈਸੇ ਅਸੀਂ ਟਾਈਮ ਪਾਸ ਕਰਦੇ ਇੱਕ ਦੂਸਰੇ ਦੇ ਘਰ ਕੰਮ ਕੁੰਮ ਕਰਕੇ, ਅਤੇ ਗਰੀਬ ਬਹੁਤ ਮਾੜੇ ਅਸੀਂ, ਬਿਲਕੁਲ ਹੀ ਲੱਤ ਤੋਂ ਵੀ ਹੈਂਡੀਕੈਪਟ, ਮੈਂ ਕੋਈ ਕੰਮ ਕਾਰ ਨਹੀਂ ਕਰ ਸਕਦੀ, ਆਉਣੇ ਜਾਣ ਦੀ ਬਹੁਤ ਮੁਸ਼ਕਲ ਆ, ਰਿਸ਼ਤੇਦਾਰ ਵੀ ਸਾਨੂੰ ਇੰਨਾ ਕੁ ਨਹੀਂ ਰੱਖਦੇ ਅਤੇ ਨਾ ਕੋਈ ਸਾਡੇ ਕੋਲ ਆਉਂਦਾ ਜਾਂਦਾ ਆ, ਬਹੁਤ ਮੁਸ਼ਕਲ ਆ। ਦੋ ਚਾਰ ਦਿਨ ਰਹੇ ਰਹਿੰਦੇ ਹਾਂ, ਫਿਰ ਆ ਜਾਂਦੇ ਇੱਧਰ, ਕਿੱਥੇ ਜਾਈਏ, ਸਾਨੂੰ ਕੋਈ ਮਤਲਬ ਰੱਖਣ ਦਾ ਪੈ ਜਾਂਦਾ, ਕੋਈ ਰੋਕ ਢੰਗ ਨਹੀਂ ਹੈ, ਨਾ ਕੋਈ ਸਰਕਾਰਾਂ ਇੱਧਰ ਆਉਂਦੀਆਂ ਜਾਂਦੀਆਂ, ਸਾਨੂੰ ਕਹਿ ਦਿੰਦੀਆਂ ਪੁੱਲ ਪਲੋ ਅੱਜ ਬਣਾਉਂਦੇ ਹਾਂ ਕੱਲ੍ਹ ਬਣਾਉਂਦੇ, ਕੋਈ ਨਹੀਂ ਬਣਾਉਂਦਾ, ਫਿਰ ਕਹਿ ਕੇ ਚਲੇ ਜਾਂਦੇ ਆ, ਮੁੜ ਕੇ ਕੋਈ ਨਹੀਂ ਸਾਡਾ ਸੋਚਦਾ, ਮੁੜ ਕੇ ਵੱਡਦਾ ਨਹੀਂ, ਸਾਡੇ ਵੱਲ ਦਿਖਦਾ ਨਹੀਂ ਵੀ ਕੋਈ ਹੈਗਾ ਰਹਿੰਦਾ ਕਿ ਜਾਂ ਨਹੀਂ ਰਹਿੰਦਾ, ਜਾਂ ਕਿੱਦਾਂ ਖਾਂਦੇ ਆ ਕਿੱਦਾਂ ਰਹਿੰਦੇ ਆ, ਸਾਡਾ ਸੋਚਦਾ ਕੁਛ ਨਹੀਂ। ਇਹ 4-5 ਮਹੀਨੇ ਬਹੁਤ ਔਖੇ ਹਨ, ਕੋਈ ਅਮਰਦਸੀ ਸਾਨੂੰ ਜਾਣੇ ਵੀ ਪੈ ਜਾਂਦਾ, ਜਾਂ ਕੋਈ ਕੁਛ ਵੀ ਹੁੰਦਾ, ਬਹੁਤ ਮੁਸ਼ਕਲ ਹੋ ਜਾਂਦੀ ਹਨ ਨਹੀਂ ਆਉਣਾ। ਹਾਂ ਬਹੁਤ ਮੁਸ਼ਕਲ ਆ, ਬਹੁਤ ਜ਼ਿਆਦਾ ਇੱਥੇ ਤਾਂ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਨੇ, ਸਾਰੀਆਂ ਮੁਸ਼ਕਲਾਂ ਲੱਭੀਆਂ, ਸਾਨੂੰ ਸਹੂਲਤ ਲੱਭੀ ਕੋਈ ਨਹੀਂ, ਸਾਨੂੰ ਇੱਥੇ ਕਿਸ ਕਿਸਮ ਦੀ ਵੀ ਸਹੂਲਤ ਨਹੀਂ ਹੈ। ਅਸੀਂ ਬੱਚਿਆਂ ਨੂੰ ਇੱਧਰ ਪੜ੍ਹਾਉਣ ਵਾਸਤੇ ਲਿਆ ਰਹੇ ਹਾਂ, ਘਰ ਇੱਧਰ ਨਹੀਂ ਆ, ਇੱਧਰ ਕਰਨਾ, ਪਸ਼ੂ ਸਾਡੇ ਜਿਹੜੇ ਨੇ, ਹੁਣ ਮੈਂ ਕੱਲ੍ਹ ਦਾ ਇੱਥੇ ਰੋ ਗਿਆ ਪਿਆ, ਮੇਰੇ ਪਸ਼ੂ ਭੁੱਖੇ ਮਰ ਰਹੇ ਨੇ, 5-6 ਪਸ਼ੂ ਰੱਖੇ ਆ, ਮੈਂ ਕਿੱਦਾਂ ਜਾ ਕੇ ਉਹਨਾਂ ਨੂੰ ਕਿਸ ਮੌਕੇ 'ਤੇ ਜਾ ਕੇ ਸਾਂਭਣਾ, ਮੈਂ 5-4 ਬੋਰੇ ਖਾਦ ਲੈ ਕੇ ਜਾ ਲਾਂ, ਇਹਨਾਂ ਨੂੰ ਸਾਂਭਣਾ ਜਾਂ ਪਸ਼ੂ ਸਾਂਭਣੇ, ਮੁਸ਼ਕਲਾਂ ਬਹੁਤ ਆ। ਪੁੱਲ ਸਾਡਾ ਇੱਥੇ ਨਾ ਕਿਸੇ ਨੇ ਬਣਾਉਣਾ ਨਾ ਬਣਨਾ, ਭਗਵੰਤ ਮਾਨ ਜੀ ਹੋਣਾਂ ਨਾਲ ਬੜੀ ਆਸ ਸੀ, ਪਰ ਲੇਕਿਨ ਇਹ ਵੀ ਜਵਾਬ ਦੇ ਗਈ। ਹਾਂਜੀ ਪਿੰਡ 7 ਨਾ ਜੀ, ਇੱਥੇ ਪਹਿਲਾਂ ਤਾਂ ਪਿੰਡਾਂ ਦੀ ਆਬਾਦੀ ਬਹੁਤ ਹੀ, ਕੋਈ ਦਰਿਆ ਨੇ ਢਾਏ, ਕੋਈ ਲੋਕ 1-2 ਕਿੱਲੇ ਵਾਲੇ ਛੱਡ ਕੇ ਚਲ ਗਏ, ਕਹਿੰਦੇ ਚਲੋ ਪਾਰ ਚਲੀਏ, ਇੱਥੇ ਕੀ ਕਰਨਾ ਹੈ, ਉਹ ਆਪਣੇ ਕਾਰੋਬਾਰ ਲੋਕਾਂ ਪਾਲੇ ਆ। ਅਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਲਾਫ 15-20 ਪਿੰਡ ਵੱਸਦੇ ਸੀ, 25 ਪਿੰਡ ਵੀ ਹੋਣਗੇ, ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਜ ਆ ਗਏ, ਕੁਛ ਲੋਕ ਛੱਡ ਕੇ ਚਲ ਗਏ। ਆਜ਼ਾਦ ਹੋ ਗਏ ਦੇਸ਼, ਹਾਂਜੀ ਆਜ਼ਾਦ, ਅਸੀਂ ਕਦੋਂ ਆ ਜੀ, ਅਸੀਂ ਗੁਲਾਮ ਹਾਂ ਅੱਜ ਵੀ, ਅਸੀਂ ਤਾਂ ਯਾਦ ਹੈ ਹੀ ਨਹੀਂ ਹੋਏ। ਹਾਂਜੀ
ਮੋਗਾ ਦੇ ਪਿੰਡ ਖੋਸਾ ਰਣਧੀਰ ਵਿੱਚ 5 ਅਗਸਤ ਨੂੰ ਮਹਿੰਦਰ ਕੌਰ ਨਾਂ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਇਸ ਕਤਲ ਦੀ ਗੁੱਥੀ ਸੁਲਝਾ ਲਈ ਗਈ ਸੀ ਜਿਸ ਵਿੱਚ ਸਤਨਾਮ ਸਿੰਘ ਸੀ ਮਨਪ੍ਰੀਤ ਕੌਰ ਦੇ ਭਤੀਜੇ ਅਤੇ ਮਹਿੰਦਰ ਕੌਰ ਦੀ ਨੂੰਹ ਨੇ ਹੀ ਕਤਲ ਕੀਤਾ ਸੀ ਜਿਸਦਾ ਕਾਰਨ ਮਹਿੰਦਰ ਕੌਰ ਦਾ ਪੁੱਤਰ ਦੁਬਈ ਵਿੱਚ ਰਹਿੰਦਾ ਹੈ ਤੇ ਮਹਿੰਦਰ ਕੌਰ ਦੀ ਨੂੰਹ ਦੇ ਮਹਿੰਦਰ ਕੌਰ ਦੇ ਭਤੀਜੇ ਨਾਲ ਨਜਾਇਜ਼ ਸੰਬੰਧ ਸਨ ਤੇ ਇਸੇ ਕਾਰਨ ਉਹਨਾਂ ਦੋਵਾਂ ਨੇ ਮਿਲ ਕੇ 5 ਅਗਸਤ ਨੂੰ ਮਹਿੰਦਰ ਕੌਰ ਦਾ ਕਤਲ ਕਰ ਦਿੱਤਾ ਜਾਂਚ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਕਤ ਪੁਲਿਸ ਨੇ ਅੱਜ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕਤਲ ਲਈ ਵਰਤਿਆ ਗਿਆ ਤੇਜ਼ ਧਾਰ ਹਥਿਆਰ ਵੀ ਬਰਾਮਦ ਕਰ ਲਿਆ 3/5/24 ਨੂੰ ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਗਈ ਹੈ ਜਿਸ ਵਿੱਚ ਉਸਨੇ ਲਿਖਾਇਆ ਕਿ ਉਸਦੀ ਪਤਨੀ ਇਮਿੰਦਰ ਕੌਰ ਦਾ ਉਸ ਦੁਪਹਿਰੇ 12 ਵਜੇ ਕਿਸੇ ਵੱਲੋਂ ਮਰਡਰ ਕੀਤਾ ਗਿਆ ਕਾਫੀ ਬੁਰੀ ਤਰ੍ਹਾਂ ਉਸਦੇ ਮੂੰਹ 'ਤੇ ਵਾਰ ਕਰਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ ਜਿਸ ਲਈ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਵੱਲੋਂ 100 FIR ਨੰਬਰ 103 ਅੰਡਰ ਸੈਕਸ਼ਨ 103(1)(332A)(3/5) BNS ਦੇ ਅੱਗੇ ਤਹਿਤ ਅਸੀਂ FIR ਰਜਿਸਟਰ ਕੀਤੀ ਹੈਗੀ ਹੈ ਜਿਸ ਲਈ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਹੈਗੇ 2 ਅਕਿਊਜ਼ ਫੜੇ ਹੈਗੇ ਆ ਸਤਨਾਮ ਸਿੰਘ ਅਤੇ ਮਨਪ੍ਰੀਤ ਕੌਰ ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ ਅਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਹੈ ਮ੍ਰਿਤਕ ਦੀ ਨੂੰਹ ਹੈਗੀ ਹੈ ਇਸ ਵਿੱਚ ਮੇਨ ਦੱਸਣ ਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਅਤੇ ਸਤਨਾਮ ਇਹਨਾਂ ਦੇ ਆਪਸ 'ਚ ਨਜਾਇਜ਼ ਸੰਬੰਧ ਸੀ ਅਤੇ ਜਿਹੜੀ ਮਹਿੰਦਰ ਕੌਰ ਹੈਗੀ ਹੈ ਇਹਦੀ ਸੱਸ ਹੈਗੀ ਹੈ ਇਹ ਇਹਨੂੰ ਰੋਕਦੀ ਸੀ ਅਤੇ ਇਸਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ ਅਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਣਬਣ ਰਹਿੰਦੀ ਸੀ ਉਸਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਅਸੀਂ ਜਿਹੜਾ ਇਹਦੇ ਵਿੱਚ ਮਰਨ ਜਿਸ ਨਾਲ ਇਹਦਾ ਮਰਡਰ ਹੋਇਆ ਹੈਗਾ ਉਹ ਵੈਪਨ ਵੀ ਬਰਾਮਦ ਕਰ ਲਿਆ ਅਤੇ ਜਿਹੜੇ ਇਹਨਾਂ ਦੇ ਕੱਪੜੇ ਸੀ ਜਿਹੜੇ ਖੂਨ ਨਾਲ ਲਖਪਤ ਹੋਏ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਇਹ ਸ਼ਾਪ ਵੈਪਰ ਸੀ ਦਾਤਨ ਵੈਪਰ ਸੀ ਉਹਨਾਂ ਕਾਫੀ ਬੁਰੀ ਤਰ੍ਹਾਂ ਮਾਰਿਆ ਗਿਆ ਹਾਂ ਇਹਨਾਂ ਦੋਨਾਂ ਦੀ ਸ਼ਮੂਲੀਅਤ ਹੈਗੀ ਇਹਨਾਂ ਦੋਨਾਂ ਨੂੰ ਪਤਾ ਸੀ ਅਤੇ ਇਹਨਾਂ ਦੇ ਦਿਨ ਦਿਹਾੜੇ ਇਹ ਨਾਲ ਹੀ ਰਹਿੰਦੀ ਸੀ ਉਹਨਾਂ ਦੇ ਗੁਆਂਢ 'ਚ ਹੀ ਰਹਿੰਦੀ ਸੀ ਬਿਲਕੁਲ ਨਾਲ ਸਾਂਝੀ ਘਟਨਾ ਕਰਨ ਸੀ ਇਹਨਾਂ ਨੇ ਨਾਲ ਰਲ ਕੇ ਮਾਰਿਆ ਹੈਗਾ ਹਾਂ ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈਗਾ ਜੋ ਅਸੀਂ ਹੈਗਾ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਅਸੀਂ ਕਾਫੀ ਐਵੀਡੈਂਸ ਜਿਹੜੀ ਕਨੈਕਟ ਕਰਕੇ ਇਸ ਨੂੰ ਮਤਲਬ ਕਿ ਫਰਦਰ ਇਨਵੈਸਟੀਗੇਸ਼ਨ ਮਾਰਿਆ ਭਤੀਜੇ ਨੇ ਸੀ ਉਹ ਜੋ ਸਾਨੂੰ ਇਹ ਪਤਾ ਲੱਗਿਆ ਉਹ ਨਸ਼ਾ ਵੀ ਕਰਦਾ ਹੈਗਾ ਅਤੇ ਉਹਨੇ ਨਸ਼ੇ ਦੀ ਆੜ 'ਚ ਦੇ ਇਹਦੀ ਜਿਹੜੀ ਆਪਣੀ ਜਿਹੜੀ ਹੈਗੀ ਹੈ ਸੰਬੰਧ ਸੀ ਜਿਹਦੇ ਨਾਲ ਉਹਦੇ ਨਾਲ ਰਲ ਕੇ ਮਾਰਿਆ ਹੈਗਾ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਤਖਰਾ ਵਿਖੇ ਗੁਰਦੁਆਰਾ ਸਾਹਿਬ ਅੰਦਰ ਦੰਗਲ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ 2 ਧਿਰਾਂ ਵਿੱਚ ਹੱਥੋਪਾਈ ਅਤੇ ਗਾਲੀ ਗਲੋਚ ਹੋਈ ਅਤੇ ਹੁਣ ਇਹ ਮਾਮਲਾ ਮਾਛੀਵਾੜਾ ਪੁਲਿਸ ਕੋਲ ਜਾ ਪਹੁੰਚਾ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਖਰਾ ਖੋਕਰਾਂ ਵਿਖੇ ਦੰਗਲ ਮੇਲਾ ਕਰਵਾਇਆ ਜਾਂਦਾ ਹੈ ਜਿਸ ਦੀ ਚੋਣ ਨੂੰ ਲੈ ਕੇ ਦੰਗਲ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ ਸੀ ਅੱਜ ਫਸਟ ਆਫ ਕੀ ਮੈਟਰ ਹੋਇਆ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਅਤੇ ਮੈਟਰ ਅੱਜ ਇਹ ਸੀਗਾ ਵੀ 28 ਤਰੀਕ ਨੂੰ ਸਾਡੇ ਮੇਲਾ ਹੈ ਉਸ ਦੇ ਸੰਬੰਧ ਦੇ ਵਿੱਚ ਮੇਲਾ ਕਮੇਟੀ ਦਾ ਵਿਸਤਾਰ ਕਰਨ ਲੱਗੇ ਸੀ ਗੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੁਛ ਯੰਗ ਮੁੰਡਿਆਂ ਨੂੰ ਅੱਗੇ ਲੈ ਆਓ ਇਹਦਾ ਵਿਸਤਾਰ ਕਰਕੇ ਹੋਰ ਮੈਂਬਰ ਇਹ 'ਚ ਪਾ ਲਓ ਸਵੇਰੇ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਹੈ ਚਲੋ ਇੱਥੇ ਮੀਟਿੰਗ ਸੱਦ ਲਈ ਅਤੇ ਸਹਿਮਤੀ ਬਣ ਗਈ ਪੇਪਰ ਲੈਣ ਚਲੇ ਗਈ ਵੀ ਆਪਾਂ ਮਤਾ ਪਾ ਦਿੰਦੇ ਹਾਂ ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕਹੀ ਵੀ ਇਸ ਵਾਰ ਤੁਸੀਂ ਐਂ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਬਣਾ ਦਿਓ ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਮਤਲਬ ਉਲਝ ਗਿਆ ਹੱਥੋਂ ਪਾਈ ਹੋ ਗਈ ਕੁੱਟਮਾਰ ਦੋਵਾਂ ਤਰ੍ਹਾਂ ਆਪਸ ਕੁੱਟਮਾਰ ਹੋਈ ਹੈ ਜੀ ਦੋਵਾਂ ਤਰ੍ਹਾਂ ਦੀ ਉੱਥੇ ਜਿਹੜਾ ਜਿਹਦੀ ਕੁੱਟਮਾਰ ਜਿਹੜੀ ਸ਼ਿਕਾਇਤ ਦਿੱਤੀ ਆ ਉਹਦਾ ਨਾਂ ਕੀ ਹੈ ਜਿਹੜਾ ਉੱਥੇ ਜਿਹੜਾ ਸ਼ਿਕਾਇਤ ਦਿੱਤੀ ਉਹਨਾਂ ਮੇਜਰ ਸਿੰਘ ਸਨ ਆਫ ਸਾਧੂ ਸਿੰਘ ਅੱਛਾ ਇਹ ਪ੍ਰਬੰਧਕ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਦੀ ਦੰਗਲ ਕਮੇਟੀ ਦੇ ਰੋਲੇ ਪਿੱਛੇ ਚੋਣ ਪਿੱਛੇ ਰੋਲਾ ਹੋਇਆ ਸਾਰਾ ਇਹ ਹਾਂਜੀ ਝਗੜਾ ਹੋਇਆ ਸੀ ਇਹ ਇਸ ਆਪਣੇ ਇਹ ਸਭ ਕੀ ਮਾਮਲਾ ਸੀਗਾ ਇੱਥੇ ਜੀ
ਮਾਮਲਾ ਕਿਹੜੇ ਪਿੰਡ ਦਾ ਮਾਮਲਾ ਹੈ? ਇਹ ਤੱਖਰਾਂ ਖੋਖਰਾਂ ਪਿੰਡ ਦਾ, ਇਹ ਕੋਈ ਦੰਗਲ ਕਮੇਟੀ ਜਿਹੜੀ ਬਣੀ ਹੋਈ ਉਹਦੇ ਸੰਬੰਧੀ ਮਤਲਬ ਬੈਠੇ ਸੀ ਬੰਦੇ, ਜਿਹੜਾ ਮਤਲਬ ਹੈਗਾ ਹੈ ਮੇਜਰ ਸਿੰਘ ਪੁੱਤਰ ਸਾਧੂ ਸਿੰਘ, ਇਹ ਕਮੇਟੀ ਦਾ ਇਹ ਦੱਸ ਰਹੇ ਵੀ ਮੈਂਬਰ ਵੀ ਨਹੀਂ ਹੈ, ਅਤੇ ਜਿਹਨੇ ਮਤਲਬ ਇਹਨਾਂ ਨੂੰ ਕੋਈ ਯਾਤਰਾ ਜੋ ਸ਼ਾਇਦ ਬੋਲਤਾ ਵੀ ਜਿਹੜਾ ਇੰਜਣ ਹੈ ਕਮੇਟੀ ਦਾ ਵੀ ਉਹ ਬਦਲਣਾ, ਜਿੱਥੋਂ ਇਸ ਗੱਲ ਕਰਕੇ ਇਹਨਾਂ ਦੀ ਲੜਾਈ ਹੋਈ, ਅਤੇ ਹੁਣ ਦੋਨਾਂ ਦਿਨਾਂ ਨੂੰ ਟਾਈਮ ਦਿੱਤਾ ਥਾਣੇ ਦਾ ਜੀ, ਬਾਕੀ ਵੀ ਉਹੀ ਜੀ ਮਤਲਬ ਕਰ ਵੀ ਉਹ ਹੁਣ ਜਲਦੀ ਹੋ। ਸ਼ਿਕਾਇਤ ਕਿਹਦੇ ਵੱਲੋਂ ਆਈ ਹੈ ਤੁਹਾਡੇ ਕੋਲ ਜੀ? ਸ਼ਿਕਾਇਤ ਮੇਜਰ ਸਿੰਘ ਵੱਲੋਂ ਆਈ, ਮੈਨੂੰ ਕੁੱਟਮਾਰ ਕੀਤੀ ਮੈਨੂੰ ਕੁੱਟਮਾਰ ਦੋਨੋਂ ਪੜਤਾਲ ਤੋਂ ਬਾਅਦ ਜੋ ਵੀ, ਹਾਂ ਪੜਤਾਲ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਕਾਰਵਾਈ ਕੀਤੀ ਜਾਊਗੀ। ਦੋਸਤੋ ਇਸ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ, ਰੱਬ ਰਾਖਾ।